ਵੱਡੀ ਖਬਰ ਪਟਿਆਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਬਾਹਰ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨੀ ਅੰਦੋਲਨ ਦੇ ਵਿੱਚ ਹੁਣ ਤੱਕ 4 ਮੌਤਾਂ ਹੋ ਚੁੱਕੀਆਂ ਨੇ। ਜੀ ਹਾਂ, ਜਿਨ੍ਹਾਂ ਦੇ ਵਿੱਚੋਂ 3 ਕਿਸਾਨ ਅਤੇ 1 ਪੁਲਿਸ ਕਰਮੀ ਨੇ। 4 ਦੀ ਮੌਤ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਹੋ ਗਈ ਹੈ। ਦੇਖ ਸਕਦੇ ਹੋ ਹਾਲੇ ਥੋੜ੍ਹੇ ਹੀ ਦਿਨ ਹੋਏ ਨੇ ਕਿਸਾਨੀ ਧਰਨੇ ਨੂੰ, ਕਿਸਾਨੀ ਅੰਦੋਲਨ ਨੂੰ ਸ਼ੁਰੂ ਹੋਏ, ਅਤੇ 4 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਅਤੇ 4ੀ ਮੌਤ ਪਟਿਆਲਾ ਵਿਖੇ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਘਰ ਬਾਹਰ, ਜਿੱਥੇ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਹੋਇਆ ਸੀ। 2 ਦਿਨਾਂ ਤੋਂ ਅਮਰਿੰਦਰ ਸਿੰਘ ਦੇ ਘਰ ਬਾਹਰ ਧਰਨੇ 'ਤੇ ਬੈਠੇ ਸੀ ਕਿਸਾਨ, ਜਿਨ੍ਹਾਂ ਦੇ ਵਿੱਚੋਂ ਨਰਿੰਦਰ ਪਾਲ ਜੋ ਕਿ ਇੱਕ ਕਿਸਾਨ ਹੈ, ਕਿਸਾਨਾਂ ਦੇ ਨਾਲ ਤੁਰਨ ਵਾਲਾ ਸ਼ਖਸ ਸੀ, ਹਮੇਸ਼ਾ ਪਹਿਲਾਂ ਵੀ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਖੜਿਆ ਰਿਹਾ, ਡਟਿਆ ਰਿਹਾ, ਅਤੇ ਇਸ ਵਾਰ ਵੀ 2 ਦਿਨਾਂ ਤੋਂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਘਰ ਬਾਹਰ ਧਰਨਾ ਦੇ ਰਿਹਾ ਸੀ ਅਤੇ ਬੀਤੀ ਰਾਤ ਉਸਦੀ ਤਬੀਅਤ ਖਰਾਬ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਜਿੱਥੇ ਉਸਦੀ ਮੌਤ ਹੋ ਜਾਂਦੀ ਹੈ। ਪਟਿਆਲਾ ਦੇ ਰਜਿੰਦਰ ਹਸਪਤਾਲ ਵਿਖੇ ਜਦ ਲੈ ਕੇ ਜਾਇਆ ਗਿਆ ਉਸ ਵੇਲੇ ਪ੍ਰਾਣ ਮੌਜੂਦ ਸੀ, ਥੋੜ੍ਹੇ ਜਿਹੇ ਸਾਹ ਬਾਕੀ ਰਹਿੰਦੇ ਸੀ ਨਰਿੰਦਰ ਪਾਲ ਦੇ, ਪਰ ਉੱਥੇ ਪਹੁੰਚਦੇ ਹੀ ਉਸਦੀ ਮੌਤ ਹੋ ਜਾਂਦੀ ਹੈ। ਤਾਂ ਬੜੀ ਹੀ ਮੰਦਭਾਗੀ ਖਬਰ ਹੈ, ਲਗਾਤਾਰ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਕਈ ਕਿਸਾਨ ਟੋਲ ਪਲਾਜ਼ੇ ਬੰਦ ਕਰਕੇ ਬੈਠੇ ਨੇ, ਕਈ ਕਿਸਾਨ ਆਗੂ ਕਿਸਾਨਾਂ ਦੇ ਨਾਲ ਰਲ ਕੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਅਤੇ ਹਰਿਆਣਾ ਦੇ ਕਈ ਬਾਰਡਰਾਂ 'ਤੇ ਬੈਠੇ ਨੇ, ਅਤੇ ਕੁਝ ਕੁ ਕਿਸਾਨਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਉਹ ਬੀਜੇਪੀ ਆਗੂਆਂ ਦੇ ਘਰ ਘੇਰਨਗੇ, ਘਰਾਂ ਦੇ ਬਾਹਰ ਜਾ ਕੇ ਧਰਨਾ ਦੇਣਗੇ। ਇਸੇ ਦੇ ਪ੍ਰਣਾਮ ਸਰੂਪ ਕਈ ਕਿਸਾਨ ਆਗੂ ਸੁਨੀਲ ਜਾਖੜ ਦੇ ਘਰ ਦੇ ਬਾਹਰ ਬੈਠੇ, ਜੋ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਨੇ, ਅਤੇ ਕਈ ਕਿਸਾਨ ਕੈਪਟਨ ਅਮਰਿੰਦਰ ਸਿੰਘ ਜੋ ਕਿ ਬੀਜੇਪੀ ਦੇ ਆਗੂ ਨੇ, ਉਹਨਾਂ ਦੇ ਘਰ ਬਾਹਰ ਜਾ ਕੇ ਬੈਠੇ ਸੀ ਧਰਨੇ 'ਤੇ, ਅਤੇ ਉਹਨਾਂ ਦੇ ਵਿੱਚੋਂ ਨਰਿੰਦਰ ਪਾਲ ਵੀ ਸੀ, ਅਤੇ ਇਸਦੀ ਹੁਣ ਮੌਤ ਹੋ ਗਈ ਹੈ। ਤਾਂ ਵੱਡੀ ਖਬਰ ਹੈ, ਕਿਸਾਨੀ ਅੰਦੋਲਨ ਦੇ ਵਿੱਚ 4ੀ ਮੌਤ ਹੈ, 3 ਕਿਸਾਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ, ਅਤੇ 4ਾ ਪੁਲਿਸ ਕਰਮੀ ਵੀ ਇਸ ਘਟਨਾ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਹੈ। ਤਾਂ ਪਟਿਆਲਾ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਬਾਹਰ ਕਿਸਾਨ ਨਰਿੰਦਰ ਪਾਲ ਦੀ ਮੌਤ ਹੋ ਗਈ ਹੈ। 2 ਦਿਨਾਂ ਤੋਂ ਇਸੇ ਘਰ ਦੇ ਬਾਹਰ, ਅਮਰਿੰਦਰ ਸਿੰਘ ਦੇ ਘਰ ਬਾਹਰ ਧਰਨੇ 'ਤੇ ਬੈਠਾ ਸੀ ਨਰਿੰਦਰ ਪਾਲ।